ਛੋਟੂ ਏਦਾਂ ਕਰੀ 2 ਰੁਪਏ ਦੀ ਤਾਜ਼ੀ ਤਾਜ਼ੀ ਹਵਾ ਪਾ ਦੇ। ਗੁੱਸਾ ਹੀ ਕਰ ਦਿਓ ਬਈ, ਛੋਟੇ ਨੇ ਕਿਹਾ ਵਾ ਤੁਸੀਂ ਮੇਰੇ ਮੂੰਹ ਦੇ ਚਪੇੜਾ ਮਾਰ ਕੇ ਰਖਾਓ, ਪੇਟ ਘਟਾ ਕੇ ਰਖਾਓ। ਥੋੜੀ ਜਿਹੀ ਜਨਾਨੀ ਦੇ ਨਖਰੇ ਨਹੀਂ ਵੱਧ ਜਾਂਦੇ ਹੁੰਦੇ ਜਦੋਂ ਚਲਾਉਣੇ ਨਾ ਚਲਾਉਣੇ? ਓਹੋ ਹੋ, ਜਦੋਂ ਐਕਸੀਡੈਂਟ ਤੇ ਹਲਕਾ ਜਿਹਾ ਪੁਸ਼ ਦਿੰਦੇ ਆ ਹੁਣ ਕੁਛ। ਲਓ ਵੀ ਮਿੱਤਰੋ, ਆਪਾਂ ਆ ਗਏ ਹਾਂ ਆਪਣੇ ਘਰ ਤੋਂ ਬਾਹਰ। ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਚਾਹੋ ਸਲੀਮ ਮੈਂ ਦਿਖਾਇਆ ਤੈਨੂੰ, ਪੱਟ ਕਰੀ ਫਿਰਦਾ ਜੈਚ ਹੋ ਗਿਆ। ਯੈਸ ਨਹੀਂ ਹੋ ਗਿਆ, ਜੈਚ ਹੋਇਆ ਹੈ, ਜੈਚ ਹੋਇਆ। ਚਲੋ ਜੀ ਆਇਆ ਫਿਰ ਇੱਦਾਂ ਕਹਾਣੀ ਅੱਜ ਤੁਹਾਨੂੰ ਪਤਾ ਹੀ ਆਪਣਾ ਹੈ ਕਿਵੇਂ। ਹਾਂ ਠੀਕ ਆ, ਓਕੇ ਆ। ਆਪਾਂ ਚੱਲੇ ਸੀ ਕੰਮ ਅੱਜ, ਸੋਣਾ ਸੀ ਲੇਕਿਨ 10 ਵਜੇ ਮੈਨੂੰ ਠਾਲ ਲਿਆ, ਮੈਂ ਉੱਠਦਾ ਸ਼ਾਮ ਦੇ 5 ਵਜੇ। ਮੂੰਹ ਤੋਂ ਪਤਾ ਹੀ ਲੱਗ ਰਿਹਾ ਸੋਚਿਆ ਪਿਆ। ਤੂੰ ਸੁਣਾ ਕਹਾਣੀ। ਆਪਾਂ ਵਲੌਗ ਅਪਲੋਡ ਕੀਤਾ ਵਾ, ਦੁਬਈ ਦੀ ਇਨਫੋਰਮੇਸ਼ਨ ਦਿੱਤੀ ਆ। ਆ ਜੀ ਆਪਾਂ ਦੁਬਈ ਦੀ ਇਨਫੋਰਮੇਸ਼ਨ ਦਿੱਤੀ ਆ, ਵੀਜ਼ੇ ਲੈ ਕੇ ਜਿਹੜੇ ਐਕਸਪੈਂਸਿਵ ਲੈ ਕੇ ਇੱਕ ਇੱਕ ਮਹੀਨੇ ਲਈ ਇੱਥੇ ਆ ਕੇ ਪਰੇਸ਼ਾਨ ਹੁੰਦੇ ਆ ਨਾ, ਹੈਰਾਨ ਹੁੰਦੇ ਆ, ਉਹਨਾਂ ਲਈ ਇਨਫੋਰਮੇਸ਼ਨ ਆ। ਦੇਖ ਜ਼ਰੂਰ ਰਿਹੋ, ਠੀਕ ਹੈ ਜੀ। ਹੁਣ ਆਪਾਂ ਚੱਲਦੇ ਹਾਂ ਆਪਣੀ ਰਾਣੀ ਵਿੱਚ। ਇਹਦੇ ਲਾਈਟਾਂ ਸਾਫ਼ ਕਰਾਉਣ ਵਾਲੀਆਂ ਨੇ। ਗੁੱਡ ਮੋਰਨਿੰਗ। ਆਪਾਂ ਮਸਟੈਂਗ ਚੱਕੀ ਅੱਜ, ਘੱਟੋ ਘੱਟ ਵੀ ਮਹੀਨੇ ਡੇਢ ਦੋ ਬਾਅਦ। ਕਦੇ ਕਦੇ ਇੱਕ ਅੱਧੀ ਵਾਰ ਵਿੱਚ ਹੀ ਲੈ ਕੇ ਗਏ ਪਤਾ ਨਹੀਂ, ਦੋ ਮਹੀਨੇ ਬਾਅਦ ਚੱਕੀ ਆ, ਮਤਲਬ ਇੱਕ ਦੋ ਵਾਰੀ ਲੈ ਕੇ ਆ, ਇੱਕ ਦੋ ਵਾਰੀ ਕੱਲ ਪਰਸੋਂ ਇੱਕ, ਉਹ ਵੀ ਮਜਬੂਰੀ ਨੂੰ। ਤੇ ਬਾਕੀ ਤਾਂ ਹੋਰ ਕੁਛ ਨੀ, ਮੈਨੂੰ ਨੇਰਾ ਜ਼ਿਆਦਾ ਨੀ ਹੋ ਗਿਆ, ਤੂੰ ਐਂ ਕਲਾਈ ਫਿਰਦਾ ਮਾਮਾ। ਜਦੋਂ ਚਲਾਉਣੇ ਨਾ ਚਲਾਉਣੇ, ਓਹੋ ਹੋ, ਜਦੋਂ ਐਕਸੀਡੈਂਟ ਤੇ ਹਲਕਾ ਜਿਹਾ ਪੁਸ਼ ਦਿੰਦੇ ਇਹਨਾਂ ਨੂੰ, ਪੁਸ਼ ਐਂ ਜਾਂਦੀ ਆ ਮਲਾਈ ਵਾਂਗੂ, ਐਨ ਨਿਕਲ ਕੇ ਥੱਲੇ ਆ, ਮਜ਼ਾ ਆ ਜਾਂਦਾ ਪੈਣ 'ਚ। ਕਲਾਸ ਗੱਡੀ ਆ ਕਲਾਸ, ਇਹ ਉਹ ਨਹੀਂ ਹੈਗੀ, ਮਤਲਬ ਲਗਜ਼ੀਰੀਅਸ ਟੈਪ ਨਹੀਂ ਵੀ ਤੁਹਾਨੂੰ ਫੀਲ ਲਗਜ਼ਰੀ ਫੀਲ ਆਊਗਾ, ਇਹ 'ਚ ਫੀਲ ਰਫ ਆਉਂਦਾ, ਰਫ ਫੀਲ ਆਉਂਦਾ ਭੈਣ 'ਚ ਘੈਂਟ। ਇਹਦਾ ਵੀ ਇਹਦੀ ਵੀ ਕਹਾਣੀ ਹੈ, ਮਤਲਬ ਤਕੜੀ ਆ, ਅਸੀਂ ਗਏ ਦੇਖਣੀ ਸੀ ਲੇਕਿਨ ਟੋਕਰ ਮਨੀ ਫੜਾਇਆ ਸੀ ਦੇਖਣ ਗਏ ਗੱਡੀ ਨੂੰ। ਆਪਾਂ ਨੂੰ ਪਿਆਰ ਆ ਗੱਡੀ ਨਾਲ, ਦਿਖਾਉਣਾ ਤੁਹਾਨੂੰ ਫਿਰ ਮੈਂ ਬਾਹਰੋਂ। ਕਿਉਂ ਲੱਗਦੀ ਨਾ ਸਡਾਨ ਘੈਂਟ, ਫੋੜ ਫੋੜ ਕਰਦੀ ਉਹ ਖੋਲੀ ਆਹ ਸਾਡਾ, ਆ ਵੀ ਇੱਕ ਖੜੀ ਆ, ਇਹਦੇ ਵਿੱਚੋਂ ਕੱਢਣੀ ਆਪਾਂ ਐਨ ਕ ਸ਼ਫਲਿੰਗ ਕਰਨੀ ਹੈ, ਸ਼ਫਲਿੰਗ। ਚਲੋ ਜੀ, ਬਿਨਾਂ ਐਨਕਾਂ ਤੋਂ ਜਾਣ ਦਾ ਮਜ਼ਾ ਕੁਛ ਨਹੀਂ ਬਾਬਿਓ। ਚੱਲ ਵੀ ਮੱਖਣਾ, ਲਓ ਜੀ ਤੁਹਾਨੂੰ ਮਿਲਦੇ ਹਾਂ ਬਾਹਰ ਜਾ ਕੇ, ਠੀਕ ਹੈ ਜੀ। ਬਸ ਦੇਖੀ ਧਿਆਨ ਨਾਲ ਗੱਲ ਹੈਗੀ, ਇੱਦਾਂ ਆਪਾਂ ਏਸੀ ਦੇ ਡਕਟ ਦੀ ਹਵਾ ਇੱਧਰੋਂ ਤੁਹਾਨੂੰ ਦੱਸਦਾ, ਵਲੌਗ ਆਪਾਂ ਅਪਲੋਡ ਕਰਤਾ, ਆਪਾਂ ਵਾਰਤਾਲਾਪ ਟੋਕ ਕਰਦੇ ਹੁੰਦੇ ਹਾਂ ਦੋਨੇ ਭਰਾ, ਕਿ ਜੋ ਰਿਐਲਿਟੀ ਹੁੰਦੀ ਹੈ, ਜੋ ਇਨਫੋਰਮੇਸ਼ਨ ਆ, ਜੋ ਸਾਨੂੰ ਐਕਸਪੀਰੀਅੰਸ ਆ ਦੁਬਈ ਦਾ ਅਲੱਗ ਅਲੱਗ ਟੋਪਿਕਸ 'ਤੇ, ਅਤੇ ਕਾਰ ਪੋਡਕਾਸਟ ਅਸੀਂ ਆਪਦੀ ਕਾਰ ਪੋਡਕਾਸਟ ਕਰਦੇ ਹੁੰਦੇ ਹਾਂ। ਹੋਪਸ ਤੁਹਾਨੂੰ ਵਧੀਆ ਲੱਗੀ ਹੋ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਪੁੱਛ ਲਿਆ ਕਰੋ, ਰੋਕ ਲਾ। ਅਤੇ ਸਿਗਨਲ ਬਹੁਤ ਆਉਂਦਾ ਦੁਬਈ ਦੇ ਵਿੱਚ। ਅੱਜ ਵੀ ਸਾਡਾ ਰੈਂਡਮ ਵਲੌਗ ਆ, ਅਸੀਂ ਚੱਲੇ ਹਾਂ ਆਪਦਾ ਕੰਮ, ਅਤੇ ਅਸੀਂ ਕਿਹਾ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ, ਅਸੀਂ ਕਿੱਧਰ ਕਿੱਧਰ ਘੁੰਮ ਲਈਏ ਅਤੇ ਉੱਧਰ ਹੀ ਤੁਸੀਂ ਜਾਓਗੇ।
ਦੁਬਈ ਆ ਬਾਬੇ ਉਹ ਦੁਬਈ ਹੈ ਪਹਿਲਾਂ ਵਰਗੀ ਦੁਬਈ ਨਹੀਂ ਰਹੀ ਜਿਵੇਂ ਇੱਕ ਸੋਹਣੀ ਜਿਹੀ ਜਨਾਨੀ ਦੇ ਨਖਰੇ ਨਹੀਂ ਵੱਧ ਜਾਂਦੇ ਹੁੰਦੇ ਕਿਉਂ ਸੁਣੀ ਉਹ ਐਟੀਟਿਊਡ ਹੀ ਆ ਐਟੀਟਿਊਡ ਹੀ ਆ ਅਤੇ ਉਵੇਂ ਨਖਰੇ ਵਧੇ ਹੋਏ ਨੇ ਇਹਦੇ ਹੁਣ ਚਲੋ ਕੋਈ ਗੱਲ ਨਹੀਂ ਨੱਤ ਪਾਉਣ ਵਾਲਾ ਮਿਲੂਗਾ ਤਾਂ ਫਿਰ ਨੱਤ ਵੀ ਪਾ ਲੂ ਅਗਲਾ ਸਾਤੋਂ ਤਾਂ ਪੈਂਦੀ ਲੱਗਦੀ ਨਹੀਂ ਮਗਰ ਨਾ ਪਾਲੀ ਖਾਧੀ ਖੜੀ ਅਤੇ ਇੱਥੇ ਡਰ ਬਹੁਤ ਲੱਗਦਾ ਮਤਲਬ ਜਦੋਂ ਇਹ ਨਹੀਂ ਹੈਗਾ ਵੀ ਤੁਸੀਂ ਬਲੌਗ ਕਰ ਰਹੇ ਹੋ ਤਾਂ ਰੂਲ ਬਹੁਤ ਤਕੜੇ ਨੇ ਇੱਥੇ ਮਤਲਬ ਜਦੋਂ ਵੀ ਅਸੀਂ ਬੋਲਦੇ ਹਾਂ ਬਾਅਦ 'ਚੋਂ 20 ਵਾਰੀ ਸੁਣੀ ਦਾ ਯਾਰ ਕੁਛ ਗਲਤ ਭੁਲੇਖੇ ਨਾਲ ਤਾਂ ਨਿਕਲ ਗਿਆ ਪਰਪਸਲੀ ਤਾਂ ਅਸੀਂ ਕਦੇ ਕੱਢਦੇ ਨਹੀਂ ਗਲਤ ਮੂੰਹ 'ਚੋਂ ਅਤੇ ਊ ਪੰਜਾਬੀ 'ਚ ਗਾਲਾਂ ਗੂਲਾਂ ਹੋਰ ਕਿਸੇ ਜਾਂ ਆਪਾਂ ਆਪਦੇ ਇੰਡੀਆ ਲਈ ਕੋਈ ਮਤਲਬ ਬੋਲਣਾ ਜਾਂ ਕੁਛ ਹੋਰ ਬੰਦਿਆਂ ਲਈ ਦੁਬਈ ਬਾਰੇ ਜਾਂ ਇਹਨਾਂ ਦੇ ਲੋਕਾਂ ਬਾਰੇ ਨੋ 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 ਕਦੇ ਨਹੀਂ ਨਾ ਤੁਸੀਂ ਬੋਲਿਓ ਇੱਧਰ ਆ ਕੇ ਠੀਕ ਹੈ ਨਾ ਅਤੇ ਕਿਉਂਕਿ ਰੂਲਸ ਹੁੰਦੇ ਆ ਕੰਟਰੀ ਦੇ ਫੋਲੋ ਕਰਨੇ ਹੁੰਦੇ ਆ ਤਾਂ ਕਹਿੰਦਾ ਆ ਵੀ ਕੱਟ ਦੇ ਇਹ ਵੀ ਕੱਟ ਦੇ ਮਤਲਬ ਕਾਫੀ ਜ਼ਿਆਦਾ ਤਕੜੇ ਨੇ ਇੱਥੇ ਜਿਹੜੇ ਫੰਨੇ ਖਾਂ ਬਣਦੇ ਸੀ ਨਾ ਜਿਨ੍ਹਾਂ ਨੇ ਘਰ ਦੇ ਘਰ ਹੀ ਸਮਝ ਲਿਆ ਸੀ ਵੀ ਸਾਡੀ ਵੀ ਕੰਟਰੀ ਆ ਉਹ ਚੱਕ ਕੇ ਮਾਰੇ ਅਗਲੇ ਟਿਕਟੋਕ ਦੇ ਬਦਮਾਸ਼ ਗੰਦ ਵੀ ਵਾਲਾ ਪਾਇਆ ਸੀ ਜਿਹੜੇ ਚੱਕ ਕੇ ਮਾਰੇ ਆ ਨਾ ਜਿਨ੍ਹਾਂ ਦੀ ਗੱਲ ਕਰ ਹਾਂ ਗੰਦ ਵੀ ਬਹੁਤ ਪਾਇਆ ਸੀ ਇੱਥੇ ਇਹ ਕਹਿੰਦੇ ਆ ਸਾਫ਼ ਸੁਥਰੇ ਰਹੋ ਆ ਸਾਫ਼ ਸੁਥਰੇ ਰਹੋ ਆਇਓ ਕਮਾਉਣ ਆਇਓ ਕਮਾ ਕੇ ਜਾਓ ਆਪਦਾ ਵਧੀਆ ਜ਼ਿੰਦਗੀ ਬਤੀਤ ਕਰਨ ਆਓ ਕਮਾਓ ਖਾਓ ਪੀਓ ਐਸ਼ ਕਰੋ ਹਾਂ ਬਸ ਨਾ ਗਲਤ ਸੁਣੋ ਨਾ ਗਲਤ ਬੋਲੋ ਇਹ ਬਹੁਤ ਵਧੀਆ ਬੋਲ ਰਿਹਾ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੁਣ ਕੀ ਹੋਇਆ ਵਾ ਭੈਣ ਚੋ ਲੋਕਾਂ ਨੇ ਸਾਰਾ ਕੁਛ ਹੋਇਆ ਸਾਰਾ ਕੁਛ ਤੇਰੇ ਨਾਲ ਹੀ ਹੋਇਆ ਨਹੀਂ ਇਹਦੇ ਨਾਲ ਆਪਾਂ ਐਕਸਪੀਰੀਅੰਸ ਨਹੀਂ ਛੱਡਿਆ ਜਦੋਂ ਆਪਾਂ ਕਹਿੰਦੇ ਟੇਬਲ ਟਾਕ ਤੇ ਬੈਠੇ ਨਾ ਮਤਲਬ ਆਪਦੇ ਮਾਈਕ ਫਿੱਟ ਕਰਕੇ ਪੋਡਕਾਸਟ ਤੇ ਇਹ ਬੰਦਾ ਆਪਾਂ ਬਿਠਾਵਾਂਗੇ ਠੀਕ ਹੈ ਇਹਦੇ ਨਾਲ ਹਰ ਇੱਕ ਚੀਜ਼ ਹੋਈ ਆ ਜਿਵੇਂ ਬੰਦੇ ਕੁੱਟਣੇ ਬੰਦੇ ਕੁੱਟ ਖਾਣੀ ਤੇ ਸਾਰਾ ਕੁਛ ਜੇਲ ਪੁਲਿਸ ਇੱਧਰਲੀ ਉੱਧਰਲੀ ਸਾਰਾ ਕੁਛ ਹੋਇਆ ਇਹਦੇ ਨਾਲ ਬਿਨਾਂ ਕੁਛ ਕੀਤੇ ਨਹੀਂ ਕੁਛ ਕੀਤਾ ਹੁੰਦਾ ਇੱਥੇ ਬੈਠਾ ਹੁੰਦਾ ਨਾ ਨਾ ਜੇ ਕੁਛ ਕੀਤਾ ਹੁੰਦਾ ਛੱਡਣਾ ਤਾਂ ਇੰਡੀਆ ਵਾਲਿਆਂ ਨੇ ਸੀ ਹੈ ਕਿ ਨਹੀਂ ਇਹ ਤਾਂ ਫਿਰ ਦੋਈ ਪੁਲਿਸ ਲੇਕਿਨ ਕਹਿੰਦਾ ਤੁਸੀਂ ਆਪਦਾ ਆਪ ਸਿੱਧਾ ਰੱਖੋ ਹੈ ਨਾ ਇਮਾਨਦਾਰ ਰਹੋ ਤਾਂ ਤੁਹਾਡਾ ਕੁਛ ਨਹੀਂ ਹੁੰਦਾ ਮਤਲਬ ਬਾਲ ਵਿੰਗਾ ਵੀ ਨਹੀਂ ਹੁੰਦਾ ਤੁਹਾਡਾ ਸਹੀ ਹੈ ਨਾ ਗੱਲਾਂ ਬਹੁਤ ਨੇ ਐਕਸਪੀਰੀਅੰਸ ਬਹੁਤ ਤਕੜੇ ਤਕੜੇ ਨੇ ਇਹਨੇ ਤਾਂ ਸਾਡੇ ਸਾਰੇ ਖਾਨਦਾਨ ਦੀ ਜਾਨ ਕਰ ਦਿੱਤੀ ਹੁਣ ਤਾਂ ਥੋੜ੍ਹਾ ਬਹੁਤ ਤਕੜਾ ਹੋਇਆ ਮਤਲਬ ਉਹ ਨਿਬੜੇ ਨੁਬੜਿਆ ਤੇ ਬਿਮਾਰ ਹੋ ਕੇ ਬਹਿ ਗਿਆ ਠੀਕ ਹੈ ਪਿਛਲੇ ਡੇਢ ਸਾਲ ਤੋਂ ਦੇਖੀ ਚੱਲ ਹਾਂ ਸਾਲ ਹੋ ਗਿਆ ਪੂਰਾ ਸਾਲ ਤੱਕ ਮਹੀਨਾ ਉੱਪਰ ਨਿੱਕੀ ਚੱਲ ਹੁਣ ਥੋੜ੍ਹਾ ਜਿਹਾ ਰਹਿ ਗਿਆ ਉਦੋਂ ਬਾਅਦ ਤੁਹਾਨੂੰ ਸਰੀਰ ਬਣਾ ਕੇ ਦਿਖਾਉਂਦਾ ਸਰੀਰ ਤਾਂ ਇਹ ਬਣਾ ਲੈਂਦਾ ਬਈ ਤੂੰ ਨਹੀਂ ਬਣਦਾ ਸਮਝ ਨਹੀਂ ਮੈਂ ਜਿੰਮ ਲੱਗੂ ਹੁਣ ਇੱਕ ਮਹੀਨਾ ਤਿੰਨ ਮਹੀਨੇ ਦੀ ਫੀਸ ਦਿੱਤੀ ਇਹਨੇ ਤਿੰਨ ਮਹੀਨੇ ਦੀ ਜੀ ਚੋਂ ਤੇ ਮਸਾਂ ਦਸ ਦਿਨ ਗਿਆ ਤਿੰਨ ਮਹੀਨਿਆਂ ਚੋਂ ਹੁਣ ਤਿੰਨ ਮਹੀਨੇ ਖਤਮ ਹੋ ਗਏ ਉਹਨਾਂ ਦੀ ਕਾਲ ਆ ਗਈ ਜਿੰਮ ਵੀ ਤੁਸੀਂ ਆਪਦੀ ਜਿੰਮ ਫੀਸ ਦੁਬਾਰਾ ਰੀਨਿਊ ਕਰਾ ਲਓ ਕਹਿੰਦਾ ਮੈਂ ਰੀਨਿਊ ਕਰਾ ਕੇ ਹੁਣ ਕੀ ਜਾਂਦਾ ਹੈ ਵੀ ਭੈਣ ਚੋਂ ਮੈਂਬਰਸ਼ਿਪ ਰੀਨਿਊ ਕਰਾਉਣ ਚੱਲਾ ਦੇਖੋ ਤੁਸੀਂ ਪੂਰੇ ਡੈਡੀਕੇਟਡ ਹੋਣੇ ਚਾਹੀਦੇ ਹੋ ਟੂ ਵਰਡਸ ਟੂ ਯੋਰ ਪੈਸ਼ਨ ਆਪਾਂ ਨੂੰ ਪੈਸ਼ਨ ਠੀਕ ਹੈ ਆਪਾਂ ਨੂੰ ਜਿੰਮ ਵਾਲੇ ਕੱਪੜੇ ਪਾਉਣ ਦਾ ਬਹੁਤ ਸ਼ੌਕ ਜਿੰਮ ਬਾਅਦ ਚ ਲੱਗਦਾ ਜਿੱਦਣ ਜਿੰਮ ਦੀ ਫੀਸ ਭਰਾ ਦੂਗਾ ਬੈਗ ਲਊ ਨਵਾਂ ਬੂਟ ਲਊ ਕੱਛੇ ਇਨਰ ਯਾਰ ਕੀ ਨਹੀਂ ਲੈਂਦਾ ਸਪੋਟਰ ਲੈ ਲੂਗਾ ਗਲਵਸ ਲੈ ਲੂਗਾ ਸ਼ੇਕਰ ਫਿਰ ਪ੍ਰੋਟੀਨ ਲੈ ਦੇ ਮੈਨੂੰ ਉਹ ਕਰ ਦੇ ਸਾਰਾ ਕੁਝ ਲੈ ਕੇ ਭਰ ਕੇ ਮੈਨੂੰ ਯੂਜ਼ ਕਰਨਾ ਪੈਂਦਾ ਇੱਕ ਵਾਰ ਤਾਂ ਗੋਲਡ ਜਿੰਮ ਦੀ ਇਹਨੇ ਮੈਂਬਰਸ਼ਿਪ ਸਾਲ ਦੀ ਮੈਨੂੰ ਪਤਾ ਸੀਗਾ ਫਿਰ ਮੈਂ ਉਹ ਮਹੀਨੇ ਬਾਅਦ ਜਾ ਕੇ ਆਪਦੇ ਨਾਲ ਟ੍ਰਾਂਸਫਰ ਕਰਾਈ ਮੈਂ ਯੂਜ਼ ਕੀਤੀ ਯਾਰ ਇਹਨੂੰ ਕੀ ਪਤਾ ਹੁਣ ਦੱਸ ਹੱਦ ਹੋ ਗਈ ਯਾਰ ਐਵੇਂ ਮਰ ਜਾਂਦਾ ਤੁਹਾਨੂੰ ਟਾਈਮ ਚਾਹੀਦਾ ਹੁਣ ਟਾਈਮ ਹੈਗਾ ਆਪਣੇ ਕੋਲੇ ਤਾਂ ਵੀ ਨਹੀਂ ਜਾਂਦਾ ਇਹ ਗਏ ਸੀ ਇੰਡੀਆ ਮੈਂ ਜਿੰਮ ਜਾਣ ਲੱਗ ਗਿਆ ਵਧੀਆ 10-15 ਦਾ ਮੈਂ ਰੈਗੂਲਰ ਵਧੀਆ ਜਿੰਮ ਗਿਆ ਵਿਦਆਊਟ ਨਾਗਾ ਅਤੇ ਇਹ ਵਾਪਸ ਆ ਗਏ ਹੁਣ ਮੇਰੇ ਕੋਲ ਵੀ ਟਾਈਮ ਆ ਫੈਮਿਲੀ ਵੀ ਨਾਲ ਇਕੱਠੀ ਆ
ਮੈਂ ਕਿਹਾ ਕਿਉਂ ਨਾ ਟਾਈਮ ਸਪੈਂਡ ਕੀਤਾ ਜਾਵੇ ਫਿਰ ਮੈਂ ਫਿਰ ਮੈਂ 2.5 ਮਹੀਨੇ ਇਹਨਾਂ ਨਾਲ ਹੀ ਰਿਹਾ ਹੁਣ ਪੂਰਾ ਹੁਣ ਇਹ ਮੈਨੂੰ ਲੱਗੇ ਇਹ ਵੀ ਚਵਲੀ ਨੇ ਹੁਣ ਮੈਂ ਨਾਲ ਹੀ ਰਹਿਣਾ ਇਹਨਾਂ ਦੇ ਹੁਣ ਮੈਂ ਜਿਮ ਲੱਗੂੰਗਾ ਠੀਕ ਆ ਔਖਾ ਮੈਂ ਇਹਨੂੰ ਚੈਲੰਜ ਕੀਤਾ ਸਿੱਧਾ ਮੂੰਹ ਤੇ ਵੀ ਤੇਰੇ ਤੋਂ ਨਹੀਂ ਹੋਣਾ ਨਾਲੇ ਮੇਰੀ ਘਰ ਵਾਲੀ ਤੋਂ ਇਹਨਾਂ ਦੋਨਾਂ ਮੀਆਂ ਬੀਬੀ ਨੂੰ ਕਿਹਾ ਜਾਓ ਤੁਸੀਂ ਵੀ ਗੁੱਸਾ ਹੀ ਕਰ ਜਾਓ ਵੀ ਛੋਟੇ ਨੇ ਕਿਹਾ ਵਾ ਤੁਸੀਂ ਮੇਰੇ ਮੂੰਹ ਤੇ ਚਪੇੜਾ ਮਾਰ ਕੇ ਦਿਖਾਓ ਪੇਟ ਘਟਾ ਕੇ ਦਿਖਾਓ ਘਟਾ ਨਹੀਂ ਹੁੰਦਾ ਅਸੀਂ ਕਿਉਂ ਗੁੱਸਾ ਕਰੀਏ ਅਸੀਂ ਵਧਾਇਆ ਬਹੁਤ ਔਖਾ ਅਸੀਂ ਘਟਾਈਏ ਕਿਉਂ ਸੌਖਾ ਬਈ ਨਹੀਂ ਘਟਾ ਸਕਦੇ ਯਾਰ ਸਵੇਰੇ ਡਾਈਟ ਸਟਾਰਟ ਕਰ ਲੈਂਦੇ ਆ ਜੇ ਸਵੇਰੇ ਹਲਕਾ ਖਾ ਲਿਆ ਨਾ ਇਹਨਾਂ ਨੇ ਰਾਤ ਤੱਕ ਇਹਨਾਂ ਨੂੰ ਲੱਗਦਾ ਵੀ ਪਤਾ ਨੀ ਕਿੰਨੇ ਮਹੀਨੇ ਕੁਛ ਖਾ ਲੋ ਮਤਲਬ ਐ ਖਾਣ ਪੀਣੀ ਆਏ ਦੁਨੀਆਂ ਤੇ ਹਨਾ ਤੇ ਕੀ ਐਕਸਕਿਊਜ ਦੇਣੇ ਆ ਇਨਸ਼ਾਅੱਲਾ ਕਰਾਂਗੇ ਅਸੀਂ ਪੁਰਾਣੇ ਆਦੀਆਂ ਵੀਡੀਓਜ਼ ਦੇਖੀਆਂ 2019 ਦੀਆਂ ਉਹ ਕਿਆ ਸਲਿਮ ਫੇਸ ਆਏ ਹਾਏ ਕਿਆ ਰੂਪ ਨਿਖਰ ਕੇ ਆ ਰਿਹਾ ਇਧਰ ਹੀ ਲਾ ਲਾ ਨਹੀਂ ਉਹ ਤੇ ਹਵਾ ਭਰਾਉਣੀ ਆ ਪਤਾ ਇੱਧਰ ਦੀ ਕੱਢ ਲਾ ਨਾ ਨਿਕਲ ਜਾਣੀ ਤੇਰੀ ਗੱਡੀ ਨੂੰ ਹੌਰਨ ਦੇ ਕੇ ਹੁਣ ਟਰਾਲੀਆਂ ਚੈੱਕ ਹਵਾ ਇਹਦੇ ਚ ਆਉਂਦਾ ਲੋ ਪ੍ਰੈਸ਼ਰ ਲੋ ਟਾਇਰ ਪ੍ਰੈਸ਼ਰ ਕੀ ਕਹਿਣਾ ਚਾਹੁੰਦਾ ਹਵਾ ਭਰਾਉਣੀ ਆ ਕਹਿਣਾ ਨਹੀਂ ਔਖਾ ਕੰਮ ਨੀ ਕਿਉਂਕਿ ਤੈਨੂੰ ਹੀ ਭਰਾਉਣੀ ਪੈਣੀ ਬਾਹਰ ਨਿਕਲ ਕੇ ਇਹ ਚ ਔਖਾ ਤਾਂ ਨੀ ਕੰਮ ਕੋਈ ਚਲੋ ਠੀਕ ਆ ਓਕੇ ਫਿਰ ਬਸ ਛੋਟੂ ਏਦਾਂ ਕਰੀ 2 ਰੁਪਏ ਦੀ ਤਾਜ਼ੀ ਤਾਜ਼ੀ ਹਵਾ ਪਾ ਦੇ ਚੈੱਕ ਕਰੀ ਕਿੰਨੀ ਘੱਟ ਆ ਬਹੁਤ ਘੱਟ 35 ਤੂੰ 32 ਭਰਨੀ ਆ 26 ਆ ਉਹਦਾ ਇਹਦੇ ਵਿੱਚ ਆ 26 32 ਕਰ ਇਹਨੂੰ ਬਸ ਤੂੰ ਕੰਮ ਘੱਟ ਕਰਦਾ ਵਾ ਅੱਜ ਕੱਲ ਟੋਰਾ ਤੇਰਾ ਮੇਰੇ ਜਿੰਨਾ ਵਾ ਮਾਲਕ ਜਿੰਨਾ ਥੋੜਾ ਜਿਹਾ ਘੱਟ ਕਰਿਆ ਕਰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਨੌਕਰ ਆ ਮੈਂ ਮਾਲਕ ਆ ਹੁਣ ਲੋਕਾਂ ਨੇ ਕੀ ਸਮਝਣਾ ਵੀ ਇਹ ਨੌਕਰ ਬਿਠਾਇਆ ਅੰਦਰ ਮਾਲਕ ਬਾਹਰ ਏਦਾਂ ਰੱਖੀਦਾ ਆਪਾਂ ਬੰਦਾ ਟਿਸ਼ੂ ਪਿੱਛੇ ਹੁਣ ਮੈਂ ਜੇਬ 'ਚ ਰੱਖਿਆ ਟਿਸ਼ੂ ਤੂੰ ਜਿਹੜਾ ਮੈਂ ਤਾਂ ਕਹਿੰਦਾ ਸੀ ਵੀ ਪਤਾ ਲੱਗਣਾ ਚਾਹੀਦਾ ਮਾਲਕ ਕੌਣ ਹੁਣ ਦੋਨਾਂ 'ਚ ਪਤਾ ਹੀ ਨਹੀਂ ਲੱਗਦਾ ਦੋਨੇ ਹੀ ਨੌਕਰ ਲੱਗੀ ਜਾ ਰਹੇ ਆਪਾਂ ਚਲੋ ਜੀ ਹੁਣ ਆਪਾਂ ਮਿਲਦੇ ਆ ਗੱਲਾਂ ਬਾਤਾਂ ਆਪਣੀਆਂ ਹੋ ਗਈਆਂ ਆਪਾਂ ਮਿਲਦੇ ਆ ਤੁਹਾਨੂੰ ਸਟੇਸ਼ਨ ਨੈਕਸਟ ਤੇ ਜਾ ਕੇ ਬਸ Well,
ਆਉਂਦੀ ਬਈ ਜਾਣਤਾ ਇੱਥੇ ਫਲਿਮ ਪਾਰਕਿੰਗ ਵਿੱਚ ਵੀ ਦੱਬੀ ਫਿਰਦੇ ਆ ਨਾ ਪਾਰਕਿੰਗ ਦੇ ਵਿੱਚ ਹੀ 40 ਤੋਂ ਉੱਤੇ ਲੈ ਨਾ 60 ਤੱਕ ਲੈ ਆਉਂਦੇ ਆ ਇੰਨੀ ਤੇਜ਼ ਹੈ ਮਾਮੇ ਕਿਤੇ ਗਾਉਟ ਆਫ ਕੰਟਰੋਲ ਹੋ ਗਈ ਨਾ ਦੇਖੀ ਪਿੱਲਰ ਪੁੱਲਰ ਢਾਉਂਦੇ ਆ ਹਾਂ ਫਿਰ ਜ਼ਿਆਦਾ ਦੇਖੀ ਆ ਪਿੱਲਰ ਤਾਂ ਨਹੀਂ ਹਿਲਦਾ ਇੱਥੇ ਵਾਲਾ ਲੋ ਵੀ ਅਸੀਂ ਆ ਗਏ ਹਾਂ ਘਰੇ ਵਾਪਸ ਕੰਮ ਜਿਹੜਾ ਸੀਗਾ ਆਪਣਾ ਖਤਮ ਕਰ ਲਿਆ ਅਤੇ ਹੁਣ ਆਪਾਂ ਵਿਹਲੇ ਥੋੜ੍ਹਾ ਜਿਹਾ ਸੌਣ ਦੀ ਟਰਾਈ ਕਰਾਂਗੇ ਜੇ ਨਹੀਂ ਸੌਂ ਹੋਇਆ ਫਿਰ ਆਪਾਂ ਜਾ ਵੀ ਰਵਾਂਗੇ ਰਾਤ ਨੂੰ ਡਿਊਟੀ ਕਰਨੀ ਹੈ ਅੱਜ ਹੈਗਾ ਵੀ ਸੈਟਰਡੇ ਸੌਂਦੇ ਸੈਟਰਡੇ ਸੈਟਰਡੇ ਚੱਲੀਏ ਫਿਰ ਉੱਤੇ ਘਰ ਬਾਏ ਬਾਏ ਓਕੇ ਜੀ ਮਿਲਦਾ ਫਿਰ ਨੈਕਸਟ ਵਲੌਗ ਦੇ ਵਿੱਚ ਪਾਪਾ।